ਉਹ ਸਾਹਿਬ ਹੋਤਾ ਹੈਗਾ ਸਾਬਕਾ ਮੂੰਹ ਜੀ ਹੋਤਾ ਜੋ ਵੋ ਬਣ ਗਈ ਹੈ ਮੇਰੀ ਜੁਤੀ ਦੇਖਿਆ ਟੂਟ ਗਈ ਹੈ ਜੇ ਮੇਰੀ ਜੁਤੀ ਟੂਟ ਗਈ ਹੈ। ਇਸਕੋ ਜੋੜਨੇ ਕੇ ਲੀਏ ਐਲੀਫੈਂਟ, ਇਸਕੋ ਜੋੜਨੇ ਕੇ ਲੀਏ ਐਲੀਫੈਂਟ ਹੈ ਨਾ ਨਾਜ਼ਰੀਨ, ਐਲੀਫੈਂਟ ਇਸਤੇਮਾਲ ਕਰੇ ਇਸਕੋ ਜੋੜਨੇ ਕੇ ਲੀਏ ਐਲੀਫੈਂਟ। ਐਲੀਫੈਂਟ ਵੋ ਕਿਆ ਹੈ? ਐਲੀਫੈਂਟ ਹੈ ਵੋ ਐਲਫੀ ਕਾ ਨੇਮ ਹੈ ਐਲੀਫੈਂਟ। ਆਪਣੇ ਪਾਕਿਸਤਾਨ ਦੀ ਇੱਜ਼ਤ ਬਚਾਓ, ਆਪਣੇ ਪਾਕਿਸਤਾਨ ਦਾ ਨਾਮ ਰੋਸ਼ਨ ਕਰੋ। ਜਿਹੜੇ ਜਿਹੜੇ ਬੰਦੇ ਆਪਣੇ ਪਾਕਿਸਤਾਨ ਦਾ ਨਾਮ ਰੋਸ਼ਨ ਕਰਦੇ ਆ ਮੈਨੂੰ ਉਹ ਵੀ ਬਹੁਤ ਚੰਗੇ ਲੱਗਦੇ ਆ, ਜਿਹੜੇ ਜਿਹੜੇ ਇਸਲਾਮ ਦਾ ਨਾਮ ਰੋਸ਼ਨ ਕਰਦੇ ਆ ਉਹ ਵੀ ਮੈਨੂੰ ਬਹੁਤ ਚੰਗੇ ਲੱਗਦੇ ਆ। ਨਾਜ਼ਰੀਨ ਆਪਣਾ ਔਰ ਆਪਣੇ ਪਾਕਿਸਤਾਨ ਦਾ ਤੇ ਆਪਣੇ ਇਸਲਾਮ ਦਾ ਨਾਮ ਰੋਸ਼ਨ ਕਰੋ, ਪੂਰੀ ਦੁਨੀਆ ਤੇ ਫੈਲਾਓ, ਇਸਲਾਮ ਫੈਲਾਓ ਪੂਰੀ ਦੁਨੀਆ ਤੇ। ਪਾਕਿਸਤਾਨ ਜ਼ਿੰਦਾਬਾਦ, ਦੁਨੀਆ ਪੇ ਪਾਕਿਸਤਾਨ ਕਾ ਨਾਮ ਰੋਸ਼ਨ ਕਰੇ। ਸਿੰਗਿੰਗ ਕਰੇ, ਨਾਚ ਪੜੇ, ਲੇਕਿਨ ਗਾਲੀਆਂ ਮਤ ਦੇ ਯੂਟਿਊਬ ਪਰ, ਗਾਲੀਆਂ ਮਤ ਦੇ ਯਾਰ, ਗਾਲੀਆਂ ਸੇ ਕਿਆ ਹੋਤਾ ਹੈ, ਗਾਲੀਆਂ ਸੇ ਆਪਕੇ ਮਾਂ ਬਾਪ ਕੀ ਬੇਇੱਜ਼ਤੀ ਹੋਤੀ ਹੈ, ਆਪਕੀ ਬੇਇੱਜ਼ਤੀ ਹੋਤੀ ਹੈ। ਲੋਕ ਕਹਤੇ ਹੈ ਇਤਨੀਆਂ ਇਤਨਾ ਘੜੀਆ ਬੰਦਾ ਹੈ, ਇਤਨਾ ਘੜੀਆ ਬੰਦਾ ਹੈ ਕਿ ਯੇ ਗਾਲੀਆਂ ਦੇਤਾ ਹੈ। ਨਹੀਂ ਯਾਰ ਭਾਈ, ਦੇਖੇ ਐਲਨ ਪੀਰਕਾਟ, ਡਾਕਟਰ ਤੁਰਕੀ, ਸ਼ਮੀਰ ਬਾਦਸ਼ਾਹ ਐਂਡ ਡਿੱਕੀ ਭਾਈ, ਚਲੋ ਮੇਰੇ ਭਾਈ ਹੈ, ਬੁਰਾ ਮਤ ਮਾਰਨਾ ਯਾਰ, ਮੈਂ ਛੋਟਾ ਹੂੰ ਆਪਸੇ, ਲੇਕਿਨ ਮੈਂ ਆਪਸੇ ਅਪੀਲ ਕਰਤਾ ਹੂੰ ਕਿ ਮੇਰੀ ਬਾਤ ਮਾਨ ਲੇ, ਕਭੀ ਗਾਲੀਆਂ ਮਤ ਦੇ ਯਾਰ, ਗਾਲੀਆਂ ਮਤ ਦੇ। ਹਮਾਰੀ ਔਰ ਮੈਂ ਹਮਾਰੀ ਔਰ ਪੂਰੇ ਪੰਜਾਬ ਮੇਂ, ਪੰਜਾਬ ਸੇ ਹੂੰ ਮੈਂ, ਹਮਾਰੀ ਔਰ ਪੂਰੇ ਪੰਜਾਬ ਮੇਂ ਲੜਕੀਆਂ ਬਹੁਤ ਯੂਟਿਊਬ ਇਸਤੇਮਾਲ ਕਰਤੀ ਹੈ, ਯੂਟਿਊਬ ਪਰ ਆਪਕੀ ਗਾਲੀਆਂ ਆਤੀ ਹੈ, ਫਸਟ ਪੇ ਆਪਕੀ ਗਾਲੀ ਚਾਰੋਂ ਕੀ, ਵੋ ਉਸਕੋ ਪੂਰਾ ਬੋਲਦਾ ਹੈ, ਵੋ ਉਸਕੋ ਕਿਆ ਹੈ ਯਾਰ, ਪੂਰਾ ਯੂਟਿਊਬ ਗੰਦਾ ਕਰ ਰੱਖਾ ਹੈ। ਦੇਖੇ ਮਿਹਨਤ ਕਰਤਾ ਹੂੰ ਆਪਸੇ, ਬਾਏ ਬਾਏ।